ਨੰਬਰਦਾਰਾ ਹੂੰ ਬਾਈ ਤੇ ਚਾ ਸਵਾਦ ਕੋਈ ਨਹੀਂ ਆਇਆ ਆਲੂਆਂ ਦਾ ਪਾਣੀ ਲੱਗੇ ਦਾ ਕਿਵੇਂ ਆਈ ਵੇਂ ਦਾ ਤੇ ਨੰਬਰਦਾਰ ਖਲੋ ਤੇ ਆਈ ਵੇਂ ਦਾ ਤੇ ਖਾਲੀਆਂ ਦੇ ਉੱਤੇ ਪਾਣੀ ਛਾੜ ਗਿਆ ਹਾਲਾਂਕਿ ਆਲੂਆਂ ਵਾਲੀ ਖੇਲ ਨੂੰ ਪਾਣੀ ਥੋੜਾ ਥੋੜਾ ਲਾਣਾ ਚਾਹੀਦਾ ਜਿੰਨੇ ਆਲੂ ਨੂੰ ਮਾੜਾ ਮਾੜਾ ਸਲਾਬਾ ਪਹੁੰਚੇ ਇਹਨੇ ਉੱਤੇ ਠੋਕ ਦਿੱਤਾ ਪਾਣੀ ਇਹ ਆਲੂ ਵੱਜਿਆ ਸੀ ਜਰੜੀ ਇਹ ਸਾਗਾ ਵਾਧਾ ਕੋਈ ਨਹੀਂ ਕਰਨਾ ਨੌਕਰ ਤੇਰੀ ਬਸੁਰੀਆਂ ਬਲਾਈਆਂ ਨੇ ਤੇ ਆਏ ਸਪਰੇਅ ਕਰਾਇਆ ਨੇ ਕੋਈ ਨਹੀਂ ਸਪਰੇਅ ਤਾਂ ਕਰਾਇਆ ਹੈ ਮੈਂ ਸਪਰੇਅ ਹੋਇਆ ਹੀ ਨਹੀਂ ਉਹਨਾਂ ਵੇਲੀਆਂ ਟੈਂਕੀਆਂ ਘੁਮਾਈਆਂ ਆਪਣੇ ਵੇਲੀਆਂ ਟੈਂਕੀਆਂ ਪਾਣੀ ਦੇ ਬਾਹਰ ਭਰਤੇ ਸਪਰੇਅ ਵਿੱਚ ਕੋਈ ਨਹੀਂ ਪਾਇਆ ਇਹਨੇ ਸਪਰੇਅ ਉਹਨਾਂ ਲਾਮੇ ਵੇਚੀ ਬਣਾਈ ਨੰਬਰਦਾਰ ਤੂੰ ਤਾਂ ਮੁੰਡੇਰੇ 'ਚ ਬਾਹਰ ਨਿਕਲਦਾ ਨਹੀਂ ਹੈ ਨਾ ਗੱਲ ਤੇਰੀ ਬਜਾ ਹੈ ਸਪਰੇਅ ਜਿਹੜਾ ਮੈਂ ਸਖਤ ਲਿਆਂਦਾ ਨਾ ਤੱਲੇ ਜੇ ਇਹਨੂੰ ਮਰ ਜਾਣਾ ਚਾਹੀਦਾ ਹਾਂ ਅਸਲ ਤਾਂ ਗੱਲ ਇਹ ਨੰਬਰਦਾਰ ਸਾਹਿਬ ਮੇਰਾ ਮਸ਼ਵਰਾ ਨਿੱਕਾ ਜਿਹਾ ਮੰਨ ਲਵੇਂ ਤਾਂ ਮਸ਼ਵਰਾ ਇਹ ਹੈ ਜੇ ਅਗਰ ਤੂੰ ਮੈਨੂੰ ਆਹਦੇ ਨਾਲ ਰੱਖ ਲਵੇਂ ਨਾ ਯਕੀਨ ਕਰ ਜਾ ਤੇਰਾ ਲੱਖਾਂ ਕਰੋੜਾਂ ਦਾ ਫਾਇਦਾ ਹੋਣਾ ਹੀ ਯਾਰ ਤੇ ਮੈਂ ਤੈਨੂੰ ਕੋਈ ਨਾ ਕੀਤੀ ਹੈ ਤੂੰ ਮੈਨੂੰ ਨਾ ਮਹੀਨੇ ਦਾ 30,000 ਰੁਪਏ ਦਿੱਤੀ ਰੱਖ ਤੇ ਮੈਂ ਤੈਨੂੰ ਪੂਰੇ ਇਲਾਕੇ ਦੇ ਖਬਰਾਂ ਕੀ ਅਸੀਂ ਵਿਛਾਈਏ ਉਸਾਂ ਖਬਰਾਂ ਠੀਕ ਹੈ 30,000 ਮੈਂ ਤੈਨੂੰ ਦਿੱਤੀ ਰੱਖ ਸਾਂ ਮੈਂ ਹਰ ਬੰਦੇ ਕੋਲ ਗਿਆ ਕਰ ਹਰ ਬੰਦੇ ਪੁੱਛਾਂ ਬਈ ਰੌਲਾ ਕਿਵੇਂ ਉਹਦਾ ਕਾਰੋਬਾਰ ਕਿਵੇਂ ਹੋ ਰਿਹਾ ਉਹਦਾ ਨਿਜ਼ਾਮ ਕਿਵੇਂ ਚੱਲ ਰਿਹਾ ਉੱਤੋਂ ਸੱਜੀ ਖਬਰ ਛਿੱਕੀ ਤੇਰੇ ਕੋਲ ਅਗਾ ਤੂੰ ਕੀਤੀ ਕਰ ਮਨ ਮਰਜ਼ੀ ਕਿਸੇ ਨੂੰ ਕੰਮ ਦੇਵੇਂ ਕਿਸੇ ਨੂੰ ਨਾ ਦੇਵੇਂ ਨਹੀਂ ਪਤਾ ਤਾਂ ਲੱਗੇ ਨਾ ਤੇਰੀ ਗੱਲ ਆ ਸੋਹਣੀ ਤੋਂ ਗੱਲ ਕੀਤੀ ਹਾਂਜੀ ਮੈਨੂੰ ਉੱਥੇ ਕੱਢੇ ਨੂੰ ਗਾਲੀ ਤੇ ਮੈਂ ਦਿੰਦਾ ਵੱਤਾ ਉਹਨਾਂ ਨੂੰ ਮਤਲਬ ਤੇ ਆਏ ਹੁਣ ਖੇਲੀਆਂ ਤੇ ਮੇਰੀਆਂ ਤੂੰ ਸੱਚਾ ਬਿੰਡ ਹੋ ਗਈ ਇਹਨੇ ਗੱਲ ਹੁਣ ਤੂੰ ਵੇਖ ਨੰਬਰਦਾਰਾ ਬਈ ਆਏ ਵੀ ਤੂੰ ਕਿਹੜਾ ਮੰਗਾ ਲਿਆਂਦਾ ਢੇਰ ਮੰਗਾ ਲਿਆ ਮੇਰੀ ਜਾੜ ਨਿਕਲ ਗਈ ਨਿਕਲ ਗਈ ਇਹ ਤਾਂ ਤੇਰੀ ਵਾਹ ਦੇ ਪੈਸੇ ਨਹੀਂ ਪੂਰੇ ਆਲੂ ਕਰਦੇ ਹੈ ਮੇਰੀ ਤਾਂ ਭਾਈ ਗੰਡੇ ਮਲੇ ਹੀ ਗਏ ਵਾਹ ਭਾਈ ਵਾਹ ਨੰਬਰਦਾਰਾ ਤੇਰਾ ਖਾਤਾ ਕੋਈ ਨਹੀਂ ਹੈ ਯਾਰ ਹੁਣ ਤੂੰ ਇਹ ਵੇਖ ਲਾ ਅਗਾਂ ਤੂੰ ਟੀਮ ਹੋਰ ਤੈਨੂੰ ਮੈਂ ਬਣਾ ਦੇਣਾ ਸਪਰੇਅ ਕਰਾਉਣ ਵਾਲੀ ਮੈਨੂੰ ਸ਼ਰੀਫੀ ਮੋਚੀ ਦਿੱਤੀ ਹੈ ਯਾਰ ਟੀਮ ਹਾਂ ਤਾਂ ਕੋਈ ਗੱਲ ਨਹੀਂ ਸ਼ਰੀਫੀ ਮੋਚੀ ਨੇ ਮੈਂ ਟੱਕਰ ਸਹੀ ਉਹਦੇ ਛੋਡੇ ਮਾਇਲੇ ਸਾ ਮੈਨੂੰ ਪਤਾ ਅਗਲੇ ਬੰਦੇ ਨੂੰ ਕਵਰ ਕਿਵੇਂ ਕਰਨਾ ਠੀਕ ਹੋ ਗਿਆ ਹੈ ਠੀਕ ਹੋ ਗਿਆ 30,000 ਪੱਕਾ ਮੇਰਾ ਪੱਕਾ ਯਾਰ ਦੇਸਾਂ ਚੱਲ ਤੂੰ ਨਾ ਗੱਲ ਸੁਣ ਵੜ ਜਾਉਣ ਪਿੰਡ ਨੂੰ ਅੱਛਾ ਜਿਹੜੀ ਕੋਈ ਖਬਰਦਾਰ ਹੋਵੇ ਨਾ ਹਜ਼ਾਰ ਨਾਪ 30 ਤੋਂ ਇਲਾਵਾ ਹੀ ਅੱਛਾ ਇਨਾਮ ਹੈ ਇਨਾਮ ਠੀਕ ਹੈ ਅਗਲਾ ਕੰਮ ਮੇਰਾ ਵੇਖ ਤੂੰ ਐਂ ਕਰ ਹੁਣ ਤੂੰ ਡੇਰੇ ਤੇ ਜਾ ਮੈਂ ਪਿੰਡ ਨੂੰ ਜਾ ਠੀਕ ਹੋ ਗਏ ਚੰਗਾ ਆ ਮੇਰਾ ਸੋਹਣਾ ਪੋਤਰੋ ਇੰਜ ਕਰੋ ਕੋਈ ਬੱਕਰੀ ਨੂੰ ਪੱਠੇ ਛੱਟੇ ਸਾਟਿਆ ਆ ਕੋਈ ਨਹੀਂ ਸਾਟੇ ਕੋਈ ਸਾਟਿਆ ਆ ਮੇਰੀ ਸੁਣ ਲੈ ਗੱਲ ਹੈ ਨਾ ਤੋ ਕੋਈ ਸਿੱਖਿਆ ਹੁਨਰ ਤੈਨੂੰ ਜੇ ਦਰਜ਼ੀਆਂ ਦਾ ਨਾਂ ਲਿਆ ਤੂੰ ਆਖਿਆ ਮੈਂ ਨਹੀਂ ਵਾਲ ਸਿੱਖਦਾ ਜੇ ਤੈਨੂੰ ਆਖਿਆ ਟਰੈਕਟਰ ਦਾ ਵਾਲ ਸਿੱਖ ਲਾ ਤੂੰ ਆਖਿਆ ਮੈਂ ਨਹੀਂ ਸਿੱਖਦਾ ਜੇ ਤੈਨੂੰ ਆਖਿਆ ਸਾਈਕਲ ਸੂਕਲ ਬੰਨੇ ਤਰੁੱਟੇ ਤੂੰ ਆਖਿਆ ਮੈਂ ਨਹੀਂ ਸਿੱਖਦਾ ਹੁਣ ਇੰਜ ਕਰੋ ਅਵੇ ਦੱਪਿਆ ਮੈਂ ਬੈਠਾ ਇਹ ਮੇਰੇ ਵਾਲੀ ਸੀਟ ਉਹ ਤੋਂ ਹੀ ਸੰਭਾਲਣੀ ਹੈ ਲੇਬਰ ਲਾ ਜਾਂਦੀ ਅਗਲੇ ਦਾ ਕੰਮ ਕੀਤਾ ਪਹਿਲੇ ਆਇਆ ਤੇ ਠੇਕਾ ਛੇਕਾ ਮੁਕਾ ਗਿਆ ਗੁੰਮਿਆ ਬਹਿਣੀਆਂ ਤੇ ਚੌਧਰੀਆਂ ਵਾਲੇ ਲੰਬਰਦਾਰਾਂ ਲੈ ਜੀ ਕੋਈ ਕੰਮ ਤਾਂ ਨਹੀਂ ਕਰਾਵਣਾ ਠੀਕ ਹੈ ਨਾ ਠੀਕ ਹੈ ਜੇ ਅਸੀਂ ਲੇਬਰ ਬਣਾ ਲਈ ਲੇਬਰ ਜੋਕੀ ਲਾਈ ਜਿਹੜਾ ਕੰਮ ਅਗਲੇ ਆਖੇਣ ਇੱਥੇ ਬੰਨੇ ਤੇ ਬਹਿ ਗਿਆ ਆਪਦੀ ਦਿਹਾੜੀ ਲਈ ਨਾਲੇ ਜਿਹੜੇ ਹੁੰਦੇ ਨਾ ਮਾਲਕ ਉਹ ਕਮਿਸ਼ਨ ਵੀ ਦਿੰਦੇ ਹਨ ਅੱਛਾ ਹਾਂਜੀ ਤੇ ਵਾਲ ਸੇਖ ਲਾ ਅੱਜ ਅਸੀਂ ਦੰਮਿਲੋਂ ਤੈਨੂੰ ਗੱਲਾਂ ਨਾ ਪਏ ਅਸੀਂ ਆਪਾਂ ਲੇਬਰ ਇਕੱਠੀ ਕਰਨੇ ਆ ਫਲਾਣੇ ਨੂੰ ਸਾਧ ਲਿਆ ਫਲਾਣੇ ਨੂੰ ਉੱਥੇ ਆਪਦਾ ਤਾਲੇ ਤੇਰੀ ਟਰਾਈ ਹੋ ਜਾ ਅਸੀਂ ਵਾਲ ਸੇਖ ਲੈਸੇ ਤੇ ਉੱਠੀ ਖਲੋ ਜਾ ਕੇ ਬੱਕਰੀਆਂ ਨੂੰ ਪੱਠੇ ਵੀ ਪਾ ਤੇ ਮੇਰੇ ਕੰਨ ਨਾਲ ਪਾਣੀ ਵੀ ਲਈ ਆਵੀਂ ਬਲਕਿ ਤੂੰ ਚਰਬੀ ਭਰੀ ਆਵੀਂ ਜੋ ਆ ਲੇਬਰ ਨੂੰ ਹੀ ਪਾਣੀ ਪੀ ਬੈਸਾਂ ਚਲੋ ਠੀਕ ਹੈ ਮੈਂ ਪੱਠੇ ਪਾ ਤੇ ਪਾਣੀ ਲੈ ਆਣਾ ਆ ਲਾਇਆ ਜਲਦੀ ਆ ਯਾ ਵੇਲੇ ਵਦੇ ਨਹੀਂ ਮੂੰਹ ਚਾ ਕੇ ਵੇਲੇ ਜ਼ਰੀ ਨਹੀਂ ਕੰਮ ਕਰਦੇ ਠੇਕੇਦਾਰ ਜੀ ਹਾਂਜੀ ਹਾਂਜੀ ਬਾਜਾ ਬਾਵਣ ਨਹੀਂ ਮੈਂ ਆਈ ਆ ਅੱਛਾ ਅਸੀਂ ਆ ਦਵਾੜਾ ਵਸਲਾਂ ਦੀ ਚੌਕੀ ਕਰ ਲਈਏ ਠੀਕ ਹੋ ਗਿਆ ਤੇ ਹੁਣ ਤੂੰ ਤਾਂ ਸਾਡੇ ਮਗਰ ਪਾਣੀ ਦਾ ਘੁੱਟ ਵੀ ਨਹੀਂ ਲੈ ਕੇ ਆਇਆ ਆ ਮੇਰੀ ਸੋਹਣੀ ਮਾਈ ਓ ਮੇਰੀ ਧੀ ਓ ਮੇਰੀ ਭੈਣ ਛੂਰ ਨੂੰ ਗੱਲਿਆ ਓ ਪਾਣੀ ਲਵਣ ਗਿਆ ਉਹਨੇ ਮੈਂ ਆਖਿਆ ਚੰਗਾ ਚਰਵਾ ਭਰ ਕੇ ਲਾਇਆ ਪਾਣੀ ਦਾ ਲੇਬਰ ਨੂੰ ਪਾਣੀ ਪੀਵਾ ਆਇਆ ਹੁਣ ਹੌਲੀ ਹੌਲੀ ਮਛੁਆ ਨੂੰ ਟ੍ਰੇਨ ਕਰਿੰਦਾ ਪਿਆ ਇਸੇ ਪਾਰੋਂ ਹਾਲਾਂਕਿ ਦਿਹਾੜੀ ਮੈਂ ਇੱਕ ਜਣਾ ਲੈਣਾ ਹੋਣਾ ਸੀ ਦੋ ਪਿਓ ਪੁੱਤ ਤੁਹਾਡੇ ਮਗਰ ਹਾਂ ਤੂੰ ਇੰਜ ਕਰ ਚੱਲ ਦੂਈਆਂ ਹੀ ਉੱਠੀਂਦੀਆਂ ਇੰਨੀ
ਛੁਹਾਰਾ ਛਿਕਰਾਂ ਨੂੰ ਜਿਹੜੇ ਆਪਣੇ ਲੇਵਾ ਰਹੇ ਉਹਨਾਂ ਨੂੰ ਚੱਲ ਕਾਬੂ ਕਰ ਤੇ ਪਾਣੀ ਲਾ ਕੇ ਆ ਜਾਂਦਾ। ਦਮੀ ਨਮਾਜ਼ ਲਵੇਲੇ ਤੇ ਜਿਸ ਤਬੂਤ ਗਿਆ ਤੋਂ ਆਖਿਆ ਤੁਹਾਨੂੰ ਟੁੱਕਰ ਮਿਲ ਸੀ ਪਾਣੀ ਵੀ 56 ਸਾਰਾ ਕੁਝ ਮਿਲ ਸੀ। ਟੁੱਕਰ ਤਾਂ ਮੈਂ ਕੋਈ ਨਹੀਂ ਆਖਿਆ ਤੇ ਪਾਣੀ 56 ਵਾਲੀ ਗੱਲ ਹੈ। ਨਹੀਂ ਮੁੜ ਗੱਲ ਕਰਕੇ ਮੁਕਰਿਆ ਨਾ ਕਰੋ। ਨਹੀਂ ਨਹੀਂ ਇਹ ਤਾਂ ਕਾਲ ਕਾਜ ਨਹੀਂ। ਚਲੋ ਚੱਲ ਤੂੰ ਪਾਣੀ ਲੈ ਜਾਂਦਾ ਮੁੜ ਗੱਲ ਕਰ ਲੈਂਦੇ ਆ ਬਾਕੀ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਹਾਂਜੀ ਕੀ ਹਾਲ ਚਾਲ ਜੀ? ਠੀਕ ਠਾਕ। ਤੇ ਵੀਰ ਸਿਹਤ ਵਾਵਾ ਜੀ? ਅੱਲਾ ਦਾ ਸ਼ੁਕਰ। ਕਿਦੇ ਵਧੇ ਹੋਈ ਦੇ ਆਇਨਾ ਦੇ ਵਸਲਾ ਦੀ ਚੌਕੀ ਕੀਤੀ ਹੈ। ਓ ਠੇਕੇਦਾਰ ਬੈਠਾ ਕੀ ਯਾਰ ਜਨਾਬ ਤੇ ਵੀਰ ਵਾਵਾ ਹੈ। ਇਤਾਂ ਇਹਨੇ ਮੈਂ ਵੀ ਖਿੱਜਾ ਹੀ ਕੋਈ ਨਹੀਂ। ਨਹੀਂ ਤੇਰੇ ਤੇ ਮੇਰੀ ਨਿਗਾਹ ਨਹੀਂ ਪਈ। ਅਸਲ ਛੁਹਾਰਾਂ ਦੀ ਅੱਖੀਆਂ ਜਿਹੜੂ ਤਾਂ ਆਇਨਾ ਗੱਲਾਂ ਛੱਡ ਪਰਾਂ। ਹਾਂ अच्छा 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 सर लेबर ਇੱਥੇ ਕੰਮ ਲੱਗੀ ਹੋਈ ਹੈ। ਹਾਂ ਲੇਬਰ ਲਾਈ ਵਿੰਦੀ ਹੈ। ਠੀਕ ਹੈ। ਕੰਮ ਕਰਿੰਦਾ ਜ਼ਿਮੀਦਾਰਾਂ ਦਾ। ਅੱਛਾ। ਸ਼ਾਮੀ ਲੇਬਰ ਘਰ ਅਸੀਂ ਆਪ ਦੇ ਘਰ। ਠੀਕ ਹੈ। ਪੈਸਾ ਪਾ ਸ਼ਾਮੀ ਵੰਡ ਲਿਆ ਹਰ ਕਿਸੇ ਆਪਣਾ ਆਪਣਾ ਤੇ ਘਰੋ ਘਰੀ। ਸੋਹਣੀ ਗੱਲ ਮਾਸ਼ਾਅੱਲਾ 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 ਕੀ ਬਾਤ ਕੀ ਬਾਤ। ਉਹ ਮੇਰੇ ਨਾਲ ਗੱਲ ਕਰਦਾ ਬੈਠਾ ਕਿ ਉਹ ਤਾਂ ਨਹੀਂ ਜੀ ਤੁਹਾਡੇ ਨਾਲ ਗੱਲ ਕਰ ਰਿਹਾ। ਤੇ ਮੁੜ ਮੇਰੇ ਨਾਲ ਕਰ। ਹਾਂ ਅੱਛਾ ਗੱਲ ਇਹ ਹੈ ਲੇਬਰ ਤਰੂਰ ਕਿੰਨੀ ਸਾਰੀ ਹੈ? ਲੇਬਰ ਤਾਂ ਮੇਰੇ ਕੋਲ ਬੜੀ ਹੈ। ਤੁੰਨਾ ਤਾਂ ਘਟਣੀਆਂ ਚਾਹੀਦੀਆਂ ਨੇ। ਇੱਧਰ ਮੈਂ ਵੀ ਬੈਠਾ ਮੇਰਾ ਪੁੱਤ ਇੱਧਰ ਤੁੰਨਾ ਘਾਟ ਹੈ। ਹਾਏ ਉਹ ਚਾਚਾ ਮੈਂ ਤਾਂ ਗੱਲੂ ਗੱਲ ਕੀਤੀ ਐਵੇਂ। ਉਹ ਮੈਂ ਜਾਪਦਾ ਜਾਂ ਵਗ ਜਾ ਤੇ ਜਾਂ ਭਾਜ ਜਾ। ਅਬੇਲ ਤਾਂ ਤੂੰ ਵਗ ਜਾ ਲੇਵਾ ਰੱਲੇ। ਚੰਗਾ ਜਾਂਦੀ ਸਪੀਟਾ ਮਾਰ। ਇੱਧਰ ਮੈਂ ਬੈਠਾ। ਅੱਛਾ ਅੱਛਾ ਹਾਂ ਅੱਛਾ ਚਾਚਾ ਗੱਲ ਇਹ ਹੈ ਬਈ ਸਪਰੇਅ ਕਰਨਾ ਬਾਹਰਲੀ ਸਾਂ ਚੌਧਰੀ ਰੌਲੇ ਦਾ। ਅੱਛਾ ਤੇ ਕਿਵੇਂ ਕਿਵੇਂ ਕਰਸੀ? ਅੱਗੇ ਹੀ ਅਸੀਂ ਕਰ ਰਹੇ ਸਪਰੇਅ ਹੁੰਦਾ ਯਾਰ। ਅੱਗੇ ਸਪਰੇਅ ਤੁਸੀਂ ਚੰਗਾ ਨਹੀਂ ਕੀਤਾ ਕਿਉਂਕਿ ਉਸ ਟਾਈਮ ਇੱਥੇ ਖਲੀਆ ਛੋਇਰ। ਅੱਛਾ ਅੱਛਾ ਮੈਂ ਤੈਨੂੰ ਖੋਲ ਤੇ ਗੱਲ ਨਹੀਂ ਕੀਤੀ। ਠੀਕ ਹੈ ਠੀਕ ਹੈ। ਜੇ ਸਪਰੇਅ ਤੁਸੀਂ ਕੀਤਾ ਨਾ ਯਕੀਨ ਕਰ ਜਾ ਉਹ ਦੋਵੇਂ ਸਾਰੀ ਮੁਰਾ ਖਲੀ। ਅੱਛਾ ਇੱਕ ਬੂਟਾ ਹੀ ਨਹੀਂ ਸੁੱਕਿਆ। ਅਸੀਂ ਸਪਰੇਅ ਤਾਂ ਸੁੱਕ ਜਾ ਸੀ। ਅਗਲੀ ਸਪਰੇਅ ਤਾਂ ਕੀ ਕੀਤਾ ਨੇ ਉਹ ਆਂਦਾ ਪਿਆ ਸਪਰੇਅ ਬੜੀ ਮਹਿੰਗੀ ਲਿਆ ਕੇ ਦਿੱਤੀ ਹੈ। ਉਹ ਮੈਂ ਆਖਿਆ ਮੀਆਂ ਸਪਰੇਵਾਂ ਦੇ ਪੱਲੇ ਸ਼ਾਇਕ ਆਈ ਨਹੀਂ ਹੈ ਇੱਥੇ ਕਰਨ ਲੱਗਣਾ ਨਹੀਂ ਹੈ। ਮੈਂ ਉੱਤੋਂ ਪੋਚਾ ਮਾਰ ਦਿੱਤਾ ਤਾਂ ਪਰ ਮੈਂ ਤੇਰੇ ਕੋਲ ਆਇਆ ਬੈਠਾ। ਅੱਛਾ ਸਪਰੇਅ ਹੈਗਾ ਜਿਹੜੀ ਕਰਨੀ ਹੈ ਨਾ ਵਿੱਚੋਂ 2-3 ਲੀਟਰ ਥੁੜਕਾ ਕੇ ਮੈਨੂੰ ਦੇਵਣੇ ਨਹੀਂ। ਅੱਛਾ ਮੈਂ ਉੱਥੇ ਫੂਕ ਤੇ ਅੱਧੇ ਪੈਸੇ ਤੇਰੀ ਜੇਬ ਵਿੱਚ ਅੱਧੇ ਪੈਸੇ ਮੇਰੀ ਜੇਬ ਵਿੱਚ ਰਲ ਮੇਲ ਤੇ ਖਾਈ ਪੀਦਾ ਹੈ। ਗੱਲ ਤਾਂ ਤੇਰੀ ਹੈ ਸਹੀ। ਇਹ ਮੈਂ ਜਦੋਂ ਤੂੰ ਕੰਮ ਕਰਵਾ ਲਵੇਂ ਮੋੜ ਹਟ ਕੇ ਰੌਲੇ ਨੂੰ ਇਹਨਾਂ ਦੱਸੀ ਖਲਾਵੇਂ ਵੀ ਆਹ ਆਹ ਕੰਮ ਹੈ। ਮਰਜ਼ੀ ਵਾਲਾ ਯਾਰ। ਚਲੋ ਠੀਕ ਹੈ ਆਪਣੀ ਅੰਦਰੂਨੀ ਗੱਲ ਹੈ। ਉਹ ਤਾਂ ਜੈਸੇ ਲਾ ਆਉਂਦਾ ਹੈ ਨਾ ਸਾਰਾ ਸਪਰੇਅ ਮੇਰੇ ਹੱਥੀ 'ਚ ਫਦਾਈਂਦਾ ਹੈ। ਮੈਂ ਭਾਵੇਂ ਸਾਰੀਆਂ ਬੋਤਲਾਂ ਖੋਲ ਲਵਾਂ ਮੁੜ ਇੱਕ ਕਰੇ ਨਾ ਜਾਂਦਾ ਹੈ ਕਿਦੋਂ ਵੇਲੀਆਂ ਬੋਤਲਾਂ ਲੱਭੇ ਨਾ ਉਸੇ ਸੈਂਪਲ ਦੀਆਂ ਆਪਾਂ ਉਹ ਇੱਦੇ ਇਹਦੀਆਂ ਪਾਣੀ ਦੀਆਂ ਬੋਰ ਗਏ ਇੱਦੇ। ਗੱਲ ਵੀ ਠੀਕ ਹੈ ਠੇਕੇਦਾਰ ਚਾਸ ਕਰ ਦਿੱਤੀ ਹੈ। ਮੈਂ ਨਾ ਕਈ ਬੜੇ ਆਪਾਂ ਗੱਪੇ ਲਾਏ ਪਏ ਓਕੇ ਮੱਝੀ ਮੱਝੀ ਦੇ ਬਹਿਣਾ ਆਉਂਦੀ ਜਿਹੜੇ ਆ ਵੱਡੇ ਨੰਬਰਦਾਰ ਤੇ ਵੱਡੇ ਚੌਧਰੀ ਹੈ ਨਾ ਇਹਨਾਂ ਨੇ ਇਵੇਂ ਫੂਕਣਾ ਚਾਹੀਦਾ ਕਿਉਂ ਬੂਹੇ ਤੋਂ ਕੋਈ ਬੰਦਾ ਵਗ ਜਾਵੇ ਤੇ ਪੁੱਛਦੇ ਪਾਣੀ ਕੀ ਸਿਰਨਾ ਹੀ। ਹਾਂ ਅਗਲੀ ਦਵਾਰ ਗਏ ਆਈ ਰੋਲੇ ਦਾ ਸਪਰੇਅ ਕਰ ਰਹਿਣਾ ਛੁਹਾਰ 4-5 ਮੇਰੇ ਨਾਲ ਲੈਣਾ ਉਹ ਦਵਾਈਆਂ ਸਵਾਈਆਂ ਕਾਢ ਕੇ ਦਿੰਦਾ ਪਿਆ ਯਾ ਤੇ ਇੱਕ ਮੁਲਾਜ਼ਮ ਹੁੰਦਾ ਬੈਠਾ ਯਾ ਪੈਰਾਂ ਤੇ ਆਖੇ ਸਾਹਿਬ ਜੀ ਮੈਨੂੰ 2000 ਰੁਪਈਆ ਦੇ ਸਾਡੀ ਫੌਤਕੀ ਹੋ ਗਈ ਤੇ ਮੈਂ ਉਹਦੇ ਜਾਵਣਾ ਛੁੱਟੀ ਵੀ ਕਾਜ ਨਹੀਂ ਤੇ ਪੈਸਾ ਹੀ ਕੋਈ ਨਹੀਂ ਅਸੀਂ ਤਰਲੇ ਬੈਠਾ ਮਾਰੇ ਮੁੜੀ ਹੋ ਜਾਂਦਾ ਇਹੋ ਹੀ ਦਾਰੂ ਹੈ। ਦਾਰੂ ਅੱਬੜਾ ਟਿਕਾ ਤੇ ਕਰ ਲੈਂਦੇ ਹਾਂ ਪਰੇਸ਼ਾਨ ਨਾ ਹੋ ਹੁਣ ਇਵੇਂ ਕਰ ਲੇਬਰ ਨਾਲ ਕਰ ਲੈ ਗੱਲ ਉਹਨੂੰ ਆਖ ਬੇਰਾ ਉਹਦਾ ਸਪਰੇਅ ਵੀ ਕਰਨਾ ਹੈ ਉਹਦੇ ਮੀਆਂ ਬੱਸਾ ਲੈਂਦਾ ਕਿੱਲੇ ਉਹਨੂੰ ਗੋਡੀ ਵੀ ਕਰਾਵਣੀ ਹਾਲਾਂਕਿ ਗੋਡੀ ਮੰਗਦੇ ਨਹੀਂ ਬੱਸਾ ਮੈਂ ਆਖਿਆ ਮੈਂ ਕਹਿੰਦਾ ਗੋਡੀ ਫੁਕਾ ਵਿੱਚ ਮੈਂ ਆਹਨਾ ਗੋਡੀ ਦੀਆਂ ਆਪਾਂ ਦੂੜਾਂ ਘਾਟਦੇ ਸਾਂ ਤੂੰ ਆਖੇ ਨਾ ਬਈ 10 ਕਿੱਲੇ ਇੱਕੇ ਦੇ ਹੋ ਜਾਵੇ ਇੱਕੇ ਦੇ ਹੋ ਜਾ ਸੀ ਪੂਰਾ ਪਿੰਡ ਆਪਣੇ ਨਾਲ ਹੈ। ਬਸ ਠੀਕ ਹੈ ਮੈਂ ਉਹਨੂੰ ਇਹ ਗੱਲ ਕਰਨੀ ਹੈ ਵੀ ਲੇਬਰ ਕਿਸੇ ਹੋਰ ਦੇ ਕੰਮ ਕਰਦੀ ਪਈ ਆਈ ਉਦੋਂ ਲੇਬਰ ਮੈਂ ਪਾਟਕ ਲਈ ਆਉਂਦਾ ਹਾਲਾਂਕਿ ਰੇਟ ਜਿੱਥੇ ਹੋਇਆ ਨਾ ਫਰਦ ਕੀਤਾ 4000 ਉੱਥੇ ਮੈਂ ਕਰਾਵਣਾ 6000 ਉਤਰਾ 6000 ਮੇਰਾ ਆਉਣਾ ਹੀ
5000 तेरों बनाई, बाकी 4000 लेबर दी तकसीम तो करना। क्या बात है, हर पासो छोड़े पट्टी उसा है, लेबर नालो भी मैनू हिस्सा दींदा है, नाल हजारो। क्या बात, क्या बात। आयो जा बेली टकरे, लेबर लाया थे ना, कल आ जासे, आयो स्प्रे भी शुरू करा देवी, ठीक है, नाल गोड्डी भी शुरू करा दे, यो दुआ काम जेड़ा दस्या यो हुन तेरे जिम्मे, यारो टेंशन ना ला, ठीक हो गया, सज्जे मोठे चाही कर पता है, चल बेली जा, मैं आना दम्मी सांज रे मुंह वणे रे, लेबर उठे पई होस, ओके हो गया, तू थई होस है, उसाई ठीक हो गया, चल बंदिया। वे मुंदरी लख लालच तेरे तो है, उन्होंने वसल बहुत गोल किए, टोक टोक के तो सट्टे। अम्मा सी चुप कर, मेरा प्यो ठेकेदार है, तो उन्हें आखा तू ही वाल सीख ला, मुड़ा पागा कमाई कर सै। वाह सदके तेरे, तू ना दे वसला ते वाल सीखना है। ਉਹਨਾਂ ਮਾਲਕਾ ਕੋਈ ਨਹੀਂ ਵੇਖਣਾ ਵੀ ਇਹ ਠੇਕੇਦਾਰ ਦਾ ਪੁੱਤਰ ਹੈ ਕਿ ਕਹਿੰਦਾ ਪੁੱਤਰ ਹੈ। ਹਾਂ ਚੁੱਪ ਕਰ ਰਹਾ ਤੂੰ, ਚੁੱਪ ਕਰ, ਸ਼ਾਬਾਸ਼ ਕੇ ਸ਼ਾਬਾ। ਐਵੇਂ 15 ਮਿੰਟ ਇੰਤਜ਼ਾਰ ਕਰੋ, ਦੇਖ ਦਾ ਦਮ ਪੱਟੀ ਵਣ ਤੇ ਆਇਆ ਖੜੋਤਾ ਤੇ ਆ ਜੋਲੀਆਂ ਭਰੀ ਜਵਿਆ ਗਾਰ। ਮੈਨੂੰ ਇਹ ਦੱਸੋ ਬਈ ਸੁਰਖੀਆਂ ਪੋਡਰ ਕਰ ਲਏ, ਸੋਹਣੀਆਂ ਸਲਵਾਰਾਂ ਪਾ ਲਈਆਂ, ਨਿੱਕੀਆਂ ਪੌਂਚੀਆਂ ਵਾਲੀਆਂ ਸਿਰ ਤੇ ਚੁੰਨੀਆਂ ਨਾ ਕੀਤੀਆਂ, ਕਿਤੇ ਜਾਊਂ ਜੀ ਠੇਕੇਦਾਰ ਨਾਲ ਦਿਹਾੜੀ ਤੇ ਜਾਊਂ। ਆ ਚਾਚਾ ਤੂੰ ਸਾਡੇ ਕੱਪੜੇ ਵੇਖ ਲੈ, ਜੇ ਤੂੰ ਕੰਮ ਕਰਨਾ ਮਣਾਈ ਜਿਹੜੇ ਛੁਆ ਰਹੇ ਇੱਧੇ ਵੇਖ, ਸਲਵਾਰਾਂ ਸਿਵਾਈ ਵਧੇ ਹੀ ਨਹੀਂ, ਉਹ ਕਹੀਏ ਜੀ ਕੋਈ ਸਿਵਾਈ ਵਧਾ ਜੀ ਸਮੋਸਾ ਸਲਵਾਰ, ਕੋਈ ਸਿਵਾਈ ਵਧਾ ਪਜਾਮੀ। ਉਹ ਤੁਸੀਂ ਆਪਣੇ ਆਪ ਨੂੰ ਵੇਂਦੇ ਹੀ ਨਹੀਂ ਨੇ ਬਈ ਅਸੀਂ ਇਹ ਕਿਹੜੀ ਕਾਰ ਬਣਾਈ ਬਣਿਆ। ਤੂੰ ਸਾਡੇ ਕੱਪੜਿਆਂ ਨੂੰ ਨਾ ਵੇਖ, ਤੂੰ ਸਾਡੇ ਕੰਮ ਨੂੰ ਵੇਖ, ਅਸੀਂ ਕੰਮ ਤੁਹਾਡਾ ਕਾਰ ਛੱਡੇ ਨਾ, ਸਾਡੇ ਪੈਸੇ ਸਾਨੂੰ ਦਿਓ। ਪੈਸੇ ਤੁਹਾਨੂੰ ਡੀ ਜਾਸੇਣ ਦੰਮੀ ਇਕੱਠੇ ਦਿਸਾਂ ਜਿਹੜਾ ਠੇਕੇਦਾਰ ਦੇ। ਅੱਜ ਸੁਣਨਾ ਮੇਰੀ ਗੱਲ, ਉਹ ਠੇਕੇਦਾਰ ਅਗਲੇ ਉੱਥੇ ਪਹਿਲੇ ਆਪਣੇ ਗਵਾਡੀਆਂ ਲੈ ਵਧਾਈਆ, ਉਹਨੂੰ ਅਗਲੇ ਹਟਾ ਛੱਡਿਆ, ਉਹ ਤਾਂ ਗਿਆ ਉਹਨਾਂ ਦਾ ਕੰਮ ਹੀ ਆਪਾਂ ਕਰਨਾ ਹੈ, ਅਤੇ ਰੋਲੇ ਦੱਸਣੇ ਆ ਵੀ ਆਇਆ ਪਿਆ ਹੈ। ਉਸ ਆਖਿਆ ਦੰਮੀ ਮੇਰਾ ਸਪਰੇਅ ਵੀ ਕਰਨਾ ਨੇ, ਅਤੇ ਵੱਸਾ ਵਾਲੀ ਗੋਡਨੇ ਨੇ 10 ਕਿੱਲਿਆਂ ਵਸਲਾਂ ਦਾ ਠੇਕਾ ਹੋ ਗਿਆ ਹੈ, ਸਾਂਦਰੀ ਵਿਆਹ ਜਿਹੜਾ ਨਿੱਕੇ ਬਾਲ ਹੈ ਇਹਨਾਂ ਨੂੰ ਨਾਲ ਰਲਾ ਲਿਆ ਹੈ, ਤੁਸੀਂ ਵੱਸਲ ਗੁੱਡਿਆ ਹੈ, ਅਤੇ ਆ ਵੱਡੇ ਵੱਡੇ ਜਿਹੜੇ ਨੇ ਉਹ ਸਪਰੇਅ ਕਰੇ ਸੈਨ, ਅਤੇ ਤੁਸੀਂ ਉੱਠੀ ਖਲੋਵੋ ਵਗ ਜਾਓ ਘਰ, ਦੰਮੀ ਸ਼ਾਮੀ ਜਨਾਬ ਤੁਹਾਨੂੰ ਪੈਸੇ ਅੱਜ ਵਾਲੇ ਵੀ ਡੀ ਜਾਸਣ ਤੇ ਸੁਬਾਹ ਵਾਲੇ ਵੀ ਡੀ ਜਾਸਣ। ਉਹ ਪਿਛਲੇ ਹਫ਼ਤੇ ਜਿਹੜਾ ਸਪਰੇਅ ਕੀਤਾ ਉਹਦੇ ਹਾਲੇ ਤੱਕ ਨਹੀਂ ਟਕਰੇ, ਬਸ ਤੂੰ ਸਵੇਰੇ ਸਵੇਰੇ ਕਾਰ ਕੇ ਨਾ ਇਵੇਂ ਲਾਈ ਰੱਖ ਸਾਨੂੰ ਤੇ ਪੈਸਿਆਂ ਦਾ ਨਾਂ ਨਾ ਲਵੀਂ। ਉਹ ਬੁਦਰੀ ਆਹ ਪੈਸੇ ਘਰ ਰੱਖਿਆ, ਤੈਨੂੰ ਆਖਿਆ ਵੀ ਇਹਨਾਂ ਦੇ ਘਰਾਂ 'ਚ ਦੇ ਆ, ਵੀ ਉਹ ਕੋਈ ਨੂੰ ਦਿੱਤੇ ਉਂਝੇ ਪਾਏਣ ਘਰੇ। ਅੱਬਾ ਉਹ ਮੈਂ ਟੱਚ ਮੋਬਾਈਲ ਲੈ ਲਿਆ। ਆਹਾ ਉਹ ਬੰਦੋ ਬਦੀ ਉਹ ਤੋਂ ਮੋਬਾਈਲ ਲੈ ਲਿਆ ਹੈ, ਤੇ ਲੇਬਰ ਨੂੰ ਕਿਦੂ ਦੇਵਣੇ ਨਹੀਂ ਪੈਸੇ। ਅੱਬਾ ਮੋਬਾਈਲ ਵਿਕਦਾ ਪਿਆ, ਮੈਨੂੰ ਚੰਗਾ ਲੱਗਾ ਤੇ ਮੈਂ ਲੈ ਲਿਆ। ਸਾਨੂੰ ਤੁਹਾਡੇ ਮੋਬਾਈਲ ਦਾ ਕੋਈ ਠੇਕਾ, ਮੋਬਾਈਲ ਲਿਆ ਜਾਂ ਨਹੀਂ ਲਿਆ ਤੇ ਚਾਵਲਾਂ ਨੂੰ ਕਿਤਨੀ ਕੁ ਦੇਰ ਹੈ? ਚਾਵਲਾਂ ਨੂੰ ਕਾਹ ਨਹੀਂ ਦੇਰ, ਤੁਸੀਂ ਹੱਥੋਂ ਧੋਵੋ ਮੂੰਹ ਪੂਝ ਬੋ, ਚਾਵਲ ਆਏ। ਹਾਂ ਤੇ ਸਾਡੇ ਧੋਤੇ ਹੋਏ। ਮੈਨੂੰ ਤਾਂ ਕੋਈ ਨਹੀਂ ਲੱਗਦਾ ਪਿਆ ਵੀ ਧੋਤੇ ਹੋਏ ਆ। ਨਹੀਂ ਅਸੀਂ ਇੱਥੇ ਧੋ ਕੇ ਬੈਠੀਆਂ ਆਏ, ਉੱਥੇ ਟੂਵਲ ਚੱਲਦਾ ਪਿਆ। ਜਿਹੜੇ ਨਾ ਤੁਹਾਡੇ ਪੈਸੇ ਅਗਲੇ ਉਹ ਵੀ ਤੁਹਾਨੂੰ ਦੰਮੀ ਡੀ ਜਾਸੇ ਨਾ, ਮੌਲਾ ਬਖਸ਼ ਨਾਲ ਮੇਰੀ ਗੱਲ ਹੋ ਗਈ ਹੈ। ਉਸ ਨੂੰ ਮੈਂ ਇਹ ਆਖਿਆ ਵੀ ਸਾਨੂੰ ਰੋਲੇ ਤੂੰ ਨਾ ਥੋੜ੍ਹੇ ਜਿਹੇ ਪੈਸੇ ਐਡਵਾਂਸ ਲਾ ਦੇ, ਸਾਨੂੰ ਘਰ ਵੀ ਚਾਹੀਦੇ। ਤੁਹਾਨੂੰ ਪੈਸੇ ਦੰਮੀ ਦਿਸਾਂ ਅਗਲੇ ਵੀ, ਅੱਜ ਵਾਲੇ ਵੀ ਤੇ ਸੁਬਾਹ ਵਾਲੇ ਵੀ, ਕੱਲ ਸ਼ਾਮੀ ਤੋਂ ਨਿਬੇੜ ਦਿਸਾਂ। ਹੁਣ ਅੱਜ ਅਸੀਂ ਮੋੜਾ ਹੱਥ ਵੇਲੇ ਕਰਕੇ ਵਗ ਜਾਵੀ, ਅਸਾਂ ਵੀ ਗੁੰਨਣਾ ਪਕਾਉਣਾ ਹੁੰਦਾ, ਸੱਜੀ ਅਸੀਂ ਕਰਕੇ ਰੋਜ਼ਾਨਾ ਪਕਾਉਣੀ ਹੁੰਦੇ ਨੇ। ਅਗਰ ਹੁਣ ਤੁਹਾਨੂੰ ਪੈਸੇ ਮੈਂ ਦੇ ਦੇਣਾ ਤੇ ਹੁਣ ਜਾ ਕੇ ਆਟਾ ਵੀ ਲਾ ਲੈਸੋ ਤੇ ਸਬਜ਼ੀ ਵੀ ਲਾ ਲੈਸੋ ਤੇ ਹਰ ਸ਼ਾ ਲਾ ਲੈਸੋ। ਹੋਰ ਕੀ ਬੜਿਆ ਉੱਤੋਂ ਦੇ ਲੱਥਾ ਪਿਆ, ਘਰ ਸਭੋ ਕੁਝ ਪਿਆ, ਦੰਮੀ ਡੀ ਜਾਸੇ। ਚਾਚਾ ਤੇਰੀ ਦੰਮੀ ਨਹੀਂ ਆਉਂਦੀ। ਓਏ ਹੋ ਵੈਸੀ ਨਹੀਂ ਆਉਂਦੀ, ਪਤਾ ਨਹੀਂ ਕੱਢਣ ਹੋਸੀ। ਐ ਦੇ ਵੇਖੋ ਚਮਚੀ ਜੇ ਕਾਬੂ ਹੀ ਨਹੀਂ ਆਉਂਦੀ ਪਈ। ਓਏ ਆਪਣਾ ਨੇਦ ਦਾ ਧੰਦਾ ਹੈ, ਉੱਠੀ ਗਲੋ ਵਾ ਭੱਜ ਜਾਓ ਘਰ। ਅਸੀਂ ਕੋਈ ਨਹੀਂ ਜਾਵਣਾ, ਅਸੀਂ ਲੈ ਕੇ ਚਾਵਲ ਜਾਵਣੇ ਨਾਲ। ਚਾਵਲ ਖਾ ਕੇ ਜਾਵਣੇ ਨੇ? ਹਾਂ। ਓ ਮੈਂ ਤੁਹਾਨੂੰ ਚਾਵਲਾਂ ਦਾ ਐਵੇਂ ਇੱਕ ਪੁੱਕਾ ਮਾਰਿਆ, ਮੈਂ ਤਾਂ ਕਿਹਾ ਹੈ ਬਈ ਚਾਵਲ ਵੱਡਾ ਮਾਇਆ ਪਿਆ ਤੇ ਚਾਵਲ ਖਾ ਕੇ ਜਵਿਆ ਹੈ, ਉਹ ਉੱਤੋਂ ਤੁਹਾਨੂੰ ਨਾਲ ਹੀ ਕੰਮ ਮੈਂ ਕਰਤਾ ਪਿਆ, ਸੁਰਖੀਆਂ ਲਾਈ ਬੈਠੀਆਂ ਨੇ। ਵੇਖ ਲਾ ਤੂੰ ਤਾਂ ਸਾਨੂੰ ਰਾਹ ਲਾਈ ਖਲੋਤਾ। ਉੱਠੀ ਉੱਠੀ ਉਹ ਭੱਜੋ, ਅਸੀਂ ਤਾਂ ਵੇਖ ਲਾ ਪਿਆਨੇ ਆ ਵੀ ਖਾਰੇ ਚਾਵਲਾਂ ਦੀ ਦੇਗ ਪਕਾਏ ਨੇ, ਅੱਲਾ ਦੇ ਰਾਹ ਤੇ ਵੰਡੂ ਹੈ, ਮੁੜ ਸਾਨੂੰ ਪੈਸੇ ਦੇ ਸਣ, ਅਸੀਂ ਪੈਸੇ ਲੈ ਕੇ ਘਰਾਂ ਨੂੰ ਜਾ ਸਕ। ਵੇਖ ਫਿਰ ਸੁਣ ਗੱਲਾਂ, ਠੀਕ ਹੋ ਗਿਆ ਸੌਦੀ ਸਾਹਿਬਾ? ਵੇਂਦੇ ਪਏ ਹੋ ਆ ਪੂਰੀ ਲੇਬਰ ਇਕੱਠੀ ਹੋਈ ਬੈਠੀ ਤੇਰੇ ਰੁਪਈਏ ਖਾ ਤੇ, ਯਾਨੀ ਕਿ ਨਾ ਹਰਾਮ ਦੀ ਮੱਡੀ ਖਾਧੀ ਹੈ, ਆ ਕਿਉਂ ਉਹ ਚੂਪੀਆਂ ਜਿਹੀਆਂ ਆਓ, ਤੁਸੀਂ ਸਪਰੇਅ ਜੋ ਕੀਤਾ ਹੈ ਸਿਰਫ ਕੱਲੀਆਂ ਖਾਲੀ ਪਾਣੀ ਟੈਂਕੀਆਂ ਭਰ ਭਰ ਤੇ ਫੂਕੀ ਆਏ ਹੋ, ਤੁਹਾਨੂੰ ਗੈਰਤ ਨਹੀਂ ਆਈ? ਸ਼ਰਮ ਸਾਨੂੰ ਆਉਂਦੀ ਹੈ ਪਰ ਅਸੀਂ ਮਜਬੂਰ ਆਏ, ਸਾਡੇ ਠੇਕੇਦਾਰ ਸਾਨੂੰ ਇਵੇਂ ਆਖਿਆ। ਸੁਣਦਾ ਪਿਆ ਚੌਧਰੀ ਸਾਹਿਬ? ਸੁਣਦਾ ਪਿਆ ਕਿਉਂ ਲੱਡੂ ਦੇ ਸਿਰ ਵਾਲਿਆ, ਤੈਨੂੰ ਸ਼ਰਮ ਤੇ ਹਯਾ ਨਹੀਂ ਆਇਆ? ਹੱਥੋ ਸ਼ਦ ਸਿਰ ਵਾਲਿਆ, ਵੇਖ ਹੁਣ ਮੂੰਹ ਕੀਤੀ ਖਲਾ ਖੋਚ ਰੰਗਾ। ਮੇਰੀ ਸੁਣ ਲਾ ਗੱਲ,
ਸੋਹਣ ਜਿਹੜੀ ਨਾ ਸਾਡੇ ਨਾਲ ਇੰਜ ਕੋਈ ਵੀ ਨਹੀਂ ਕਰਦਾ ਉਹ ਤੂੰ ਮੇਰੇ ਮੂੰਹ ਤੇ ਮੇਰਾ ਲੰਬੜਦਾਰ ਦੇ ਮੂੰਹ ਤੇ ਲੰਬੜਦਾਰ ਉਹ ਤੂੰ ਤਾਂ ਕੀਤੀ ਹੈ ਚਮਚਗੀਰੀ ਜਿਵੇਂ ਚਮਚੇ ਨਾਲ ਭਾਜੀ ਵਿੱਚੋਂ ਕੱਢੀ ਹੁੰਦੀ ਹੈ ਕੁੰਨੀ ਦੇ ਚਮਚਗੀਰੀ ਕੀਤੀ ਬਕਵਾਸ ਨਾ ਕਰ ਖ ਮੂੰਹ ਕਿਹੜੀ ਗੱਲ ਤੂੰ ਪੱਟੀ ਖਲੋਤਾ ਮੈਂ ਤੇਰੇ ਨਾਲ ਉਹ ਕਵਾ ਕਰੇ ਸਾ ਕਿ ਸਾਰੀ ਜ਼ਿੰਦਗੀ ਤੂੰ ਯਾਦ ਰੱਖੇ ਸੇ ਸ਼ਰਮ ਤੇ ਆ ਤੈਨੂੰ ਨਾ ਜਾਂਦਾ ਇਸ ਵਜ੍ਹਾ ਤੁਹਾਡੀਆਂ ਇੰਨਾ ਗੰਦੀਆਂ ਹਰਕਤਾਂ ਦੀ ਵਜ੍ਹਾ ਤੂੰ ਨਾ ਆ ਚੌਧਰੀ ਜਾਂ ਨੰਬਰਦਾਰ ਤੁਹਾਨੂੰ ਵਹੀਆਂ 'ਚ ਨਾ ਹੀ ਵੜਨ ਦਿੰਦੇ ਜਿਹੜੀ ਆ ਤੁਸੀਂ ਕੁਤਿਆਈ ਕਰਿੰਦੇ ਨੇ ਵਿੱਚ ਹਰਾਮ ਦਾ ਖਾਂਦੇ ਤੁਹਾਡਾ ਰੋਲਾ ਤੁਹਾਡੇ ਨਾਲ ਸਾਡੇ ਦੇ ਹਿਸਾਬ ਸੁਣ ਦਿਓ ਤੇ ਅਸਾਂ ਜਾਈਏ ਆ ਬੀਬੀ ਚੁੱਪ ਕਰਕੇ ਇੱਥੇ ਤਿੱਤੋ ਰੋਜ ਆਸਾਂ ਮੈਂ ਇਹਨੂੰ ਐਡਵਾਂਸ ਪੈਸੇ ਦਿੱਤੇ ਹੁਣ ਪਹਿਲੇ ਦੇ ਇਹ ਜਾਣੇ ਤੇ ਤੁਸੀਂ ਜਾਣੋ ਜਿਹੜੇ ਤੁਹਾਨੂੰ ਲਾਇਕ ਹੈ ਆਂਦਾ ਸਾਨੂੰ ਤੇ 1 ਰੁਪਈਆ ਨਹੀਂ ਦਿੱਤਾ ਹਫਤਾ ਹੋ ਗਿਆ ਸਾਨੂੰ ਕੰਮ ਕਰਦਿਆਂ ਪਿਆ ਨੂੰ ਨਹੀਂ ਸੋ ਦਿੱਤੇ ਤੇ ਮੈਂ ਜ਼ਿੰਮੇਵਾਰ ਵਜਣਾ ਹੈ ਤੇ ਤੁਸੀਂ ਆਏ ਨਹੀਂ ਤੇ ਜਾਵੇਂ ਦੇਖੋ ਲਾਇ ਲੋ ਫਾਟ ਲੋ ਇਸ ਨੂੰ ਉਹ ਦੇ ਲੈਨੇ ਆ ਦੇ ਧੰਮੇ ਦੀ ਸਾਂਚ ਉਹ ਤੁਸੀਂ ਢਿੱਲੇ ਨੇ ਇਸ ਬਾਜਾ ਬਣਨ ਛੰਗ ਵਾ ਇੱਥੇ ਬਣਾ ਦੇ ਨੂੰ ਪੜ ਜਾਓ ਉਹ ਖਲੋ ਰਾ ਚਮਚ ਫੀਰੀ ਦੇ ਖਲੋ ਰਾ